हेलो जी, सारे नु जी मेरे वालों हाथ जोड़ के प्यार भरी सत श्री अकाल। कौर संधू ब्लॉग ते थोड़ा बहुत बहुत स्वागत है जी। उम्मीद करते हैं तुसी ठीक ठाक हो, असी भी ठीक ठाक हाँ जी। चलो जी, अज डेट हैगी 12 मई, सवेर सवेर का टाइम है ना। मॉर्निंग रूटीन शेयर करते हैं थोड़े नाल। हुण मैं चाह चू पी ली, हर्ष स्कूल चलिया गया, पेपर ती गा उहदा है ना। बाकी निक्के मोटे काम ते जिहड़े हो भी गए है ना। हुण मैं मधाणी लाई हुई थी कि घ्यो कढ़दी हाँ। घ्यो कढ़ के आपां चलांगे जी बाड़ी दे विच। हुण जिहड़े अज हैगे ने जी, मिस्त्री नहीं आए हैगे अपने। फिर जे मिस्त्री आउंदे ने फिर तां चाह च ही लग जांदा है दुद्ध है ना। कल 10वीं दा दिहाड़ा ती, कल उहनां ने किसे दे स्टार्ट करना ती कम्म 10वीं करके, ते कल उह किसे दे चले गए। ते फिर दुद्ध अपने कोले वाधू हुंदा, फिर मैं सारा दुद्ध जमा लिया सीगा। चलो फिर रिड़क भी लैंदे हुंदे आ है ना। जे घट दुद्ध हुंदा फिर 2-3 दिनां दा 4 दिनां दा ऐं रिड़क लैंदे आ। वैसे हुण मिस्त्रियां करके तां रिड़के नहीं ती जांदा जी, क्रीम मलाई वगैरह ही रिड़क देते गए आपां। ਹੁਣ ਕੱਲ੍ਹ ਦਾ ਸਾਰਾ ਦੁੱਧ ਪਿਆ ਤੀ, ਫਿਰ ਚਲੋ ਮੈਂ ਕਿਹਾ ਵੀ ਰਿੜਕ ਲੈਂਦੇ ਹਾਂ, ਕੱਲ੍ਹ ਮਿਸਤਰੀ ਨਹੀਂ ਆਏ ਹੈਗੇ। ਵੈਸੇ ਤਾਂ ਖੀਰ ਖੂਰ ਬਣਾਈ ਸੀਗੀ 10ਵੀਂ ਦੇ ਦਿਹਾੜੇ 'ਤੇ ਹੈ ਨਾ, ਗੁਰਦੁਆਰਾ ਸਾਹਿਬ ਦੁੱਧ ਵੀ ਭੇਜਦੇ ਹਾਂ ਆਪਾਂ, ਅਤੇ ਖੀਰ ਵੀ ਬਣਾ ਕੇ ਲੈ ਕੇ ਜਾਂਦੇ ਹੁੰਦੇ ਹਾਂ ਅਤੇ ਮੱਥਾ ਟੇਕਦੇ ਹਾਂ ਹੈ ਨਾ। ਹੁਣ ਮੈਂ ਘਿਓ ਕੱਢਦੀ ਹਾਂ, ਫਿਰ ਆਪਾਂ ਚੱਲਾਂਗੇ ਬਾੜੀ ਦੇ ਵਿੱਚ। ਜਿਹੜੀਆਂ ਮਿਰਚਾਂ ਹੈਗੀਆਂ ਨੇ ਚਾਰ ਵਾਲੀਆਂ, ਬਹੁਤ ਤੋੜਨ ਵਾਲੀਆਂ ਹੋਈਆਂ ਪਈਆਂ ਨੇ। ਜਿਹੜਾ ਲੈਂਟਰ ਵਾਲੇ ਦਿਨ ਹੈਗਾ ਜੀ, ਆਪਾਂ ਨੇ ਹੈ ਨਾ ਚਾਰ ਪਾਇਆ ਸੀਗਾ, ਉਹ ਸਾਰਿਆਂ ਨੇ ਇੰਨਾ ਜ਼ਿਆਦਾ ਪਸੰਦ ਕਰਿਆ, ਅਤੇ 2-3 ਜਣਿਆਂ ਦੀ ਤਾਂ ਫਰਮਾਇਸ਼ ਵੀ ਆਈ, ਕਹਿੰਦੇ ਸਾਨੂੰ ਚਾਰ ਪਾ ਕੇ ਦਿਓ, ਆਪਾਂ ਚਾਰ ਪਾ ਕੇ ਦੇ ਦਾਂਗੇ। 2-3 ਜਣਿਆਂ ਨੇ ਵੈਸੇ ਹੀ ਮਿਰਚਾਂ, ਕਹਿੰਦੇ ਵੀ ਸਾਨੂੰ ਮਿਰਚਾਂ ਦਿਓ। ਚਲੋ ਆਪਾਂ ਨੇ ਵੀ ਇੰਨੀਆਂ ਕੀ ਕਰਨੀਆਂ ਨੇ ਹੈ ਨਾ, ਅਤੇ ਮੈਂ ਪਾ ਲਿਆ ਸੀਗਾ ਚਾਰ, ਫਿਰ ਪਾ ਲਾਂਗੇ ਜਦੋਂ ਖਤਮ ਹੋ ਗਿਆ। ਅਤੇ ਜਿਹੜਾ ਮੇਰਾ ਚਾਰ ਸੀਗਾ, ਮੈਂ ਉਹਦੇ ਵਿੱਚੋਂ ਵੀ ਕਿਸੇ ਨੂੰ ਦੇਤਾ ਸੀਗਾ ਚਾਰ, ਅਤੇ ਹੁਣ ਉਹ ਕਹਿੰਦੇ ਵੀ ਸਾਨੂੰ ਮਿਰਚਾਂ ਦਿਓ। 2-3 ਜਣਿਆਂ ਨੂੰ ਤਾਂ ਮਿਰਚਾਂ ਦੇਣੀਆਂ ਨੇ, ਆਪਾਂ ਦੇਖਦੇ ਹਾਂ। ਬਹੁਤ ਜ਼ਿਆਦਾ ਲੱਗੀਆਂ ਪਈਆਂ ਨੇ, ਲੈਂਟਰ ਤੋਂ 4-5 ਦਿਨ ਪਹਿਲਾਂ ਤੋੜੀਆਂ ਸੀ ਮਿਰਚਾਂ ਨੇ। ਹੁਣ ਆਪਾਂ ਉੱਥੋਂ ਹੋਰ ਮਿਰਚਾਂ ਤੋੜ ਲਾਂਗੇ। ਪਹਿਲਾਂ ਸਾਰੀ ਮੈਂ ਮਧਾਣੀ ਸਾਫ਼ ਕਰ ਲੂੰਗੀ। ਦੇਖੋ ਮਧਾਣੀ ਮੈਂ ਸਾਫ਼ ਕਰ ਲਈ, ਅਤੇ ਫਿਰ ਆਪਾਂ ਸਾਰਾ ਘਿਓ ਕੱਢ ਲਾਂਗੇ। ਵਿੱਚੇ ਜਿਹੜੀ ਕਰੀਮ ਪਈ ਤੀ 2-3 ਦਿਨਾਂ ਦੀ, ਮੈਂ ਉਹ ਪਾਤੀ ਜੀ। ਫਿਰ ਵਧੀਆ ਮੱਖਣ ਆ ਜਾਂਦਾ ਹੈਗਾ, ਇਕੱਲੇ ਦੁੱਧ ਤੋਂ ਥੋੜ੍ਹਾ ਜਿਹਾ ਘੱਟ ਆਉਂਦਾ। ਬਾਕੀ ਹੁਣ ਆਪਾਂ ਜਿਹੜੀ ਹੈਗੀ ਖਲ ਦੀ ਸੰਨੀ ਕਰਦੇ ਹਾਂ। ਘਾਣੀ ਕਢਾਈ ਸੀਗੀ ਘਰੇ, ਤੇਲ ਬਿਨਾਂ ਵੀ ਨਹੀਂ ਸਰਦਾ ਜਿਹੜਾ ਹੈਗਾ। ਜ਼ਿਆਦਾਤਰ ਜਿਵੇਂ ਹੁਣ ਆਪਾਂ ਭਿੰਡੀਆਂ ਕਰੇਲੇ ਵਗੈਰਾ ਬਣਾਉਣੇ ਨੇ ਹੈ ਨਾ, ਉਹ ਆਪਾਂ ਘਰ ਦੇ ਤੇਲ ਦੇ ਵਿੱਚ ਹੀ, ਮੁੱਲ ਦਾ ਤੇਲ ਕਦੇ ਨਹੀਂ ਵਰਤਿਆ। ਇਸ ਵਾਰੀ ਸਰੋਂ ਘੱਟਤੀ ਜੀ ਆਪਣੇ ਹੈ ਨਾ, ਤਾਂ ਵੀ ਆਪਾਂ ਸਰੋਂ ਮੁੱਲ ਲੈਤੀ ਹੈਗੀ, ਮੁੱਲ ਲੈ ਕੇ ਘਾਣੀ ਕਢਾਈ ਹੈਗੀ। ਸਰੋਂ ਪੈਣ, ਖਲ ਪੈਣ ਕਰਕੇ ਸਰੋਂ ਦੀ ਮੱਝ ਦੁੱਧ ਵੀ, ਘਿਓ ਬਹੁਤ ਵਧੀਆ ਆਉਂਦਾ ਹੈਗਾ, ਥੋੜ੍ਹੇ ਜਿਹੇ ਦੁੱਧ ਤੋਂ ਹੀ ਵਧੀਆ ਘਿਓ ਆ ਜਾਂਦਾ। ਅਤੇ ਚਲੋ ਜੀ, ਨਾਲੇ ਹੈ ਨਾ ਸੂਣ ਵਾਲੀ ਆ ਮੱਝ, ਉਹਦੇ ਵਾਸਤੇ ਖਲ ਦੀ ਸੰਨੀ ਚੰਗੀ ਹੈ ਹੈ ਨਾ, ਕਿਉਂਕਿ ਅੱਗੇ ਤੋਂ ਵੀ ਹੈ ਨਾ 2-3 ਦਿਨਾਂ ਦੀ ਜਿਹੜੀ ਕਰੀਮ ਪਈ ਤੀ ਮੈਂ ਉਹ ਵੀ ਵਿੱਚ ਪਾਤੀ, ਮਲਾਈ ਪਈ ਤੀਗੀ। ਮਿਸਤਰੀ ਆਉਂਦੇ ਨੇ ਹੈ ਨਾ, ਦੁੱਧ ਤੋਂ ਮਲਾਈ ਮਲੂਈ ਲਾ ਲੈਂਦੀ ਹਾਂ ਮੈਂ, ਫਰਿੱਜ ਦੇ ਵਿੱਚ ਵਧੀਆ ਮਲਾਈ ਆ ਜਾਂਦੀ ਉਹ ਉਬਾਲ ਕੇ ਦੁੱਧ ਨੂੰ ਹੈ ਨਾ। ਬਾਕੀ ਦਹੀਂ ਦਹੀਂ ਜਮਾ ਲੈਂਦੇ ਹੁੰਦੇ ਤੇ, ਜੇ ਲੱਸੀ ਪੀਣੀ ਤੀ ਥੋੜ੍ਹੀ ਜਿਹੀ ਗ੍ਰੈਂਡ ਜੀ ਕਰ ਲੈਂਦੇ ਹੁੰਦੇ ਤੇ ਹੈ ਨਾ। ਫਿਰ ਜ਼ਿਆਦਾ ਲੱਸੀ ਰਿੜਕ ਕੇ ਫਿਰ ਜੀ ਹੈ ਨਾ, ਫਿਰ ਦੁੱਧ ਮੁੱਲ ਲੈਣਾ ਪੈਂਦਾ ਹੈਗਾ, ਫਿਰ ਨਹੀਂ ਸਰਦਾ ਹੈਗਾ, ਕਿਉਂਕਿ 8-9 ਜਣੇ ਹੁੰਦੇ ਤੇਗੇ ਰੋਜ਼, 4-5 ਵਾਰੀ ਚਾਹ ਬਣ ਜਾਂਦੀ ਤੀਗੀ ਬਈ। ਕਈ ਵਾਰੀ ਤਾਂ ਮੁੱਲ ਵੀ ਲਿਆਉਣਾ ਪੈਂਦਾ ਤੀ ਦੁੱਧ, ਵੀ ਇੰਨਾ ਜ਼ਿਆਦਾ ਦੁੱਧ ਦੀ ਜ਼ਰੂਰਤ ਤੀਗੀ। ਲਓ ਜੀ, ਘਿਓ ਆਪਾਂ ਨੇ ਕੱਢ ਲਿਆ, ਮੱਖਣ ਹੁਣ ਮੈਂ ਕੱਢ ਲਿਆ ਸਾਰਾ। ਦੇਖੋ ਬਹੁਤ ਵਧੀਆ ਮੱਖਣ ਆਇਆ ਹੈਗਾ, ਅਤੇ ਜਿਹੜਾ ਦੇਸੀ ਘਿਓ ਹੈਗਾ ਉਹ ਵੀ ਇੰਨਾ ਜ਼ਿਆਦਾ ਵਰਤਿਆ ਤਾਂ ਜਾਂਦਾ ਨਹੀਂ ਹੈਗਾ, ਬਹੁਤ ਜ਼ਿਆਦਾ ਘਿਓ ਪਿਆ ਆਪਣੇ। ਅਤੇ ਦੇਖੋ ਲੱਸੀ ਪੀਣ ਜੋਗੀ ਲੱਸੀ ਹੋਏਦੀ ਆ ਜਿਹੜੀ ਅਸੀਂ ਡੇਲੀ ਰਿੜਕਦੇ ਹਾਂ, ਇੰਨੀ ਕੁ ਲੱਸੀ, 2 ਕੁ ਕਿਲੋ ਲੱਸੀ ਹੈ ਜੀ ਇਹ ਹੈ ਨਾ। 1 ਕਿਲੋ ਕੁ ਪਾਣੀ ਪੈ ਜੂ, 3 ਕੁ ਕਿਲੋ ਹੋ ਜਾਂਦੀ ਹੈ ਲੱਸੀ, ਫਿਰ ਸਾਨੂੰ ਮੁੱਕਦੀ ਨਹੀਂ ਹੈਗੀ ਪੀਣ ਨੂੰ। ਦੇਖੋ ਜੀ, ਆਹ ਮਿਰਚਾਂ ਨੇ ਜਿਹੜੀਆਂ ਪਹਿਲਾਂ ਤੋੜ ਕੇ ਪਾਈਆਂ ਤੇ ਆਪਾਂ ਹਰੀਆਂ, ਜਿਹੜੀਆਂ ਹੁਣ ਮੈਂ ਤੋੜਨ ਜਾਂਦੀ ਹਾਂ। ਬਹੁਤ ਜ਼ਿਆਦਾ ਵਧੀਆ ਮਿਰਚਾਂ ਬਣੀਆਂ, ਅਤੇ ਇਹਦੇ ਵਿੱਚ ਮੇਰਾ ਮਿਕਸ ਕਰਕੇ 4 ਰੱਖਿਆ ਹੋਇਆ, ਕਿਉਂਕਿ ਵੱਡੇ ਪੀਪਿਆਂ ਨੂੰ ਵੀ ਬਿੰਦੇ ਬਿੰਦੇ ਹੱਥ ਨਹੀਂ ਲਾਉਣਾ ਚਾਹੀਦਾ 4 ਵਾਲੇ ਨੂੰ, ਫਿਰ 4 ਖਰਾਬ ਹੁੰਦਾ। ਆਹ ਦੇਖੋ ਨਿੰਬੂ ਵੀ ਜਿਹੜਾ ਹੈਗਾ ਮਿੱਠਾ, ਇਹ ਵੀ ਮੇਰਾ ਘਰ 'ਚੋਂ ਹੀ ਤੋੜ ਕੇ ਨਿੰਬੂ ਪਾਏ ਹੋਏ ਨੇ। ਜਿਹੜੀਆਂ ਇਹ ਲਾਲ ਮਿਰਚਾਂ ਨੇ, ਇਹ ਵੀ ਪਿਛਲੇ ਸਾਲ ਵਾਲੀਆਂ ਨੇ, ਇਹ ਵੀ ਘਰ 'ਚੋਂ ਹੀ ਤੋੜ ਕੇ ਪਾਈਆਂ ਹੋਈਆਂ ਨੇ। ਅਤੇ ਇਹ ਹਰੀਆਂ ਮਿਰਚਾਂ ਬਹੁਤ ਜ਼ਿਆਦਾ ਟੇਸਟੀ ਬਣੀਆਂ ਹੋਈਆਂ ਨੇ, ਦੇਖੋ ਰਾਈ ਵਗੈਰਾ ਸਾਰਾ ਹੈ ਨਾ, ਬਹੁਤ ਜ਼ਿਆਦਾ ਟੇਸਟੀ ਬਣੀਆਂ ਨੇ। ਹੁਣ ਆਪਾਂ ਇਹੀ ਮਿਰਚਾਂ ਹੋਰ ਤੋੜਨ ਚੱਲਦੇ ਹਾਂ, ਬਹੁਤ ਜ਼ਿਆਦਾ ਲੱਗੀਆਂ ਪਈਆਂ ਨੇ, ਮੈਂ ਟੋਕਰੀ ਲੈ ਲੈਂਦੀ ਹਾਂ। ਚਲੋ ਦੇਖੋ ਜੀ, ਕੱਲ੍ਹ ਭਿੰਡੀਆਂ ਅਤੇ ਫਲੀਆਂ ਸਾਰੀਆਂ ਮੈਂ ਤੋੜ ਕੇ ਲੈ ਗਈ ਸੀਗੀ, ਬਹੁਤ ਜ਼ਿਆਦਾ ਫਲੀਆਂ ਭਿੰਡੀਆਂ ਲੱਗੀਆਂ ਹੋਈਆਂ ਤੀਆਂ, ਉਹ ਮੈਂ ਧੋ ਕੇ ਫਰਿੱਜ 'ਚ ਰੱਖਤੀਆਂ।
देखो मिर्चा भी दिखाने तुम इधर दिया, क्योंकि मूहरों मूहरों मैं सब्जी पाने वास्ते मिर्चा तोड़ लेनी है। देखो इन कुलविंदर जी ने तोड़ लिया, ये हजे एक बूटे तो ही तोड़िया ने। देखो मैं तुम्हें दिखाऊंगी बूटे किन्ने ज्यादा भरे पे, भरे पे ने, टेढ़े हुए पे ने बूटे, नीचे तक बहुत ज्यादा मिर्च लगी हुई है। जेड़ी उधर है ने ये सब्जी वाली मिर्चा कौड़िया, ये भी बहुत ज्यादा लगी हुई ने। देखो कि मैं बूटे भरे पे ने, बहुत ज्यादा मिर्चा लगिया हुई ने। ये आप नहीं तोड़ते, आप लाल हो गई जो फिर ही तोड़ांगे, लाल मिर्चा का चार पावांगे, क्योंकि हरिया मिर्चा जो लोड़ होंगी असी सब्जी कट के पांच सत्त मिर्चा मैं रोज़ पानी है जी, तो बहुत वधिया ने जी अपनी निगाह वास्ते बहुत वधिया ने, है ना। हरिया मिर्चा सब्जी पा के खानी चाहिए ने, तो ये आप सब्जी तोड़ लेने, ये जो लाल हो गई इन्हों फिर तोड़ांगे। ये जड़ी है ने इन का अचार पा लेने, ये भी लाल हो जाए ने, चलो फिर ये हरिया ही वधिया लगदियां ने, है ना। देखो सौंफ भी जड़ी हैगी है पूरी ज्यादा वधिया पक्की जा रही है, इधर हजे फुल बने नहीं है। कद्दू कद्दू भी मैं तोड़ दी, देखो कि वधिया कद्दू लगे है, कद्दू लगे है। देखो जी घर की फ्रैश फ्रैश सब्जी है ना, बिना रेह स्प्रे तो, जी वड्डी गल है बिना रेह स्प्रे तो नहीं सब्जियां, तो बीमारियां तो बथेरिया लगिया हुई ने लोगों को। चलो हुण आपां मिर्चां तोड़दे आं, इधर भी कद्दू जिहड़े हैगे ने लगने स्टार्ट हो गए, वो उपर कद्दू लग्या होया हजे छोटा है नहीं दिखता, तो कद्दू लगने इधर भी स्टार्ट हो गए। अपने तोरियां भी तैयार ने लगन नूं, है ना, विच बहुत है ना बोली दे विच फर्क है, तरां कहिंदे ने असीं तोरियां कहिंदे आ। चलो जी सारे इलाकों की जिहड़ी हैगी अड अड है ना बोली है भाषा है, इत्थे मैं हुण मिर्चां तोड़ लैनी आ सारियां, तो मोटिया मोटिया मिर्चा ने जड़िया सारिया तोड़ लाँगे। ये बहुत बड़िया बड़िया मिर्चा ने, मोटिया मोटिया इन्हों दो दो पीस बन जाते ने, दो दो पीस जड़े लंबिया मिर्चा ने, मैं दो दो इन्हों पीस बना के फिर अचार पाऊँगी, जोड़ा है बड़ा टेस्टी अचार बनता है, बिल्कुल कौड़ी नहीं हैगी ये वाली मिर्च जड़ी हैगी है। सवेरे सवेरे जोड़ा टाइम हों जी काम धंधे करते करते सारिया सब्जियां भी तोड़ लें, चलो है ना, फिर धुप्प हो जाती है ज़्यादा, फिर ही सारे काम धंधे करके हजे सवेर सवेर का टाइम ही है, तो जड़िया है मेरिया साफ सफाइया भी रहा ने, हजे थोड़िया बहुत हो गई जड़िया। देखो मैं मिर्चा दिखाई इतने बहुत व्डिया व्डिया मिर्चा सगिया, लो जी मिर्चा तोड़ लिया अपने, सब्जी तोड़ ली सारी है ना, हजे बहुत ज्यादा जड़िया हरिया मिर्चा लगिया ने तोड़िया नहीं है अपने, आपने तोड़ लिया किलो डेढ़ किलो मिर्चा है, कुछ बच्चे में किसी अं मिर्चा दे देंगे, कुछ आप चार पा के दे देंगे, तो हूँ इन्हों मैं धो के टोकरी के पा दिनी हाँ, फिर जो ये सुक गई जो चार पाने इन पानी नहीं होना चाहिए, बिल्कुल सलाब नहीं होनी चाहिए क्योंकि फिर मिर्च खराब नहीं होंगी हैगी। तो चलो जी जो थोड़ा साड़ी वीडियो वधिया लगी है तो लाइक कमेंट शेयर जरूर करो, जो साडे चैनल पर नवे हो तो प्लीज़ चैनल में सबसक्राइब भी जरूर करो जी। सारियां नूं जी मेरे वालों हाथ जोड़ के प्यार भरी सत श्री अकाल, जय जवान जय किसान, सदा खुश रहो जी।